ਸਤਿ ਸ਼੍ਰੀ ਅਕਾਲ ਮੈਂ ਜਸਵੰਦਰਪਾਲ ਜਾਨੀ ਸ਼ਾਨ ਪੰਜਾਬੀ ਤੁਹਾਡਾ ਸਵਾਗਤ ਹੈ ਤੇ ਹੁਣ ਗੱਲ ਕਰਦੇ ਹਾਂ ਕੌਮੀ ਪ੍ਰਧਾਨ ਕਾਂਗਰਸ ਜੀ ਹਾਂ ਚੋਣ ਨਿਪਟੇੜੇ ਚੜ ਚੁੱਕੇ ਤੇ ਇੱਕ ਬਾਰ ਫੇਰ ਗਾਂਧੀ ਪਰਿਵਾਰ ਦਾ ਕਬਜ਼ਾ ਬਰਕਰਾਰ ਰਿਹਾ ਤੁਹਾਨੂੰ ਦੱਸ ਦਈਏ ਚਾਹੇ 22 ਸਾਲਾਂ ਬਾਅਦ VOTING ਹੋਈ ਹੈ ਪ੍ਰਧਾਨ ਲਈ ਤੇ ਪ੍ਰਧਾਨ ਲਈ VOTING ਵਿੱਚ ਦੋ ਚਿਹਰੇ ਸਾਹਮਣੇ ਸਨ ਮਲਕ ਰਾਜ ਖੜਗੇ ਕਿਉਂਕਿ ਪਰ ਉਹ ਗਾਂਧੀ ਪਰਿਵਾਰ ਦੇ ਬਹੁਤ ਨੇੜੇ ਨੇ ਤੇ ਨਾਲ ਦੂਸਰੇ ਪਾਸੇ ਤੇਈ ਜੀ ਕਾਂਗਰਸ ਦੀ ਉਹ ਜੋ ਗਾਂਧੀ ਪਰਿਵਾਰ ਤੋਂ ਇਸ ਕਾਂਗਰਸ ਨੂੰ ਮੁਕਤੀ ਕਰਾਣੀ ਚਾਹੁੰਦੀ ਹੈ ਜਨਨ ਕਿ ਕਾਂਗਰਸ ਆਈ ਨੂੰ ਇੱਕ ਆਜ਼ਾਦ ਚਿਹਰਾ ਦੇਣਾ ਚਾਹੁੰਦੀ ਸੀ ਪਰੰਤੂ ਫਿਲਹਾਲ ਗੱਲ ਕਰਦੇ ਹਾਂ ਅੱਜ ਹੋਈ ਇਲੈਕਸ਼ਨ ਦੀ ਤੇ ਪ੍ਰਨਾਮ ਆਇਆ ਤੇ ਪ੍ਰਨਾਮ ਵਿੱਚ ਤੁਹਾਨੂੰ ਦੱਸ ਦਈਏ ਕਿ ਮੁਲਕਰਜ ਖੜਗੇ ਨੇ 6897 ਫਰਕ ਨਾਲ ਇਹ ਜਿਹੜੀ ਚੋਣ ਜਿੱਤ ਲਈਏ ਜਨਨ ਕਿ ਜੇ ਸਿੱਧੇ ਸ਼ਬਦਾਂ ਚ ਕਿਹਾ ਜਾਵੇ ਕਿ ਗਾਂਧੀ ਪਰਿਵਾਰ ਤਾਂ ਸਿੱਧਾ ਕਬਜ਼ਾ ਹੋ ਗਿਆ ਤੇ ਜਿੱਤ ਲਈ ਵਾਸਤੇ ਵੱਡੀ ਝਟਕੇ ਵਾਲੀ ਖਬਰ ਸਾਹਮਣੇ ਹੈ ਕਿਉਂਕਿ ਉਹਨਾਂ ਦੇ ਮੁਕਾਬਲੇ ਵਿੱਚ ਸ਼ਸ਼ੀ ਥਰੂਰ ਜਿਹਨੂੰ ਟੋਟਲ 1000 ਵੋਟਾਂ ਪਈਆਂ ਨੇ 1000 ਵੋਟਾਂ ਪੈਣ ਨਾਲ ਤੁਹਾਨੂੰ ਦੱਸਦੇ ਹਾਂ ਕਿ ਸਮੀਕਰਨ ਸਿਰਫ ਨੇੜੇ ਤੇੜੇ ਨਹੀਂ ਖੜਾ ਕਿਉਂਕਿ ਮਲਕ ਰਾਜ ਖੜਗੇ ਨੂੰ ਗੱਲ ਕਰੀਏ ਤਾਂ 7897 ਵੋਟਾਂ ਇਹਨਾਂ ਦੇ ਜਦ ਕਿ ਟੋਟਲ ਵੋਟਾਂ ਸੀ 9500 9500 ਵੋਟਾਂ ਵਿੱਚੋਂ ਜੇ ਗੱਲ ਕਰਦੇ ਹਾਂ ਕਿ ਜੋ 797 ਵੋਟਾਂ ਜਿਹੜੀਆਂ ਕਿ ਰਿਜੈਕਟ ਹੋਈਆਂ ਨੇ ਤੇ ਜਿਸ ਕਰਕੇ ਇਹ ਮੰਨਿਆ ਜਾ ਰਿਹਾ ਹੈ ਕਿ ਗਾਂਧੀ ਪਰਿਵਾਰ ਦੀ ਜਿਹੜੀ ਜਿੱਤ ਹੈ ਉਹ ਕਬਜਾ ਹਜੇ ਵੀ ਬਰਕਰਾਰ ਹੈ ਜਿਹੜੀ ਕਿ ਮਲਕ ਰਾਜੇ ਖੜਗੇ ਦਾ ਜਦੋਂ ਚੋਣਾ ਹੋਇਆ ਸੀ ਉਹਨੇ ਆਪਣੇ ਬਿਆਨ ਵਿੱਚ ਸਾਫ਼ ਹੀ ਕਹਿ ਦਿੱਤਾ ਸੀ ਕਿ ਗਾਂਧੀ ਪਰਵਾਰ ਨਾਲ ਉਹਨਾਂ ਦੀ ਨੇੜਤਾ ਹੀ ਸਭ ਤੋਂ ਵੱਡਾ ਕਾਰਨ ਹੈ ਚੋਣਾ ਵਿੱਚ ਖੜੇ ਹੋਣ ਦਾ ਤੇ ਉਹ ਪੂਰੇ ਵਿਸ਼ਵਾਸ ਪਾਤਰ ਨੇ ਤੇ ਉਹਨਾਂ ਦੀਆਂ ਨਜ਼ਦੀਕੀਆਂ ਕਾਫੀ ਗਾਂਧੀ ਪਰਵਾਰ ਜਨਕਿ ਸੋਨੀਆ ਗਾਂਧੀ ਰਾਹੁਲ ਗਾਂਧੀ ਨਾਲ ਨੇ ਤੁਹਾਨੂੰ ਇਹ ਵੀ ਯਾਦ ਹੋਣਾ ਕਿ ਪਿੱਛੇ ਜਦੋਂ ਆਜ਼ਾਦ غلام ਨਵੀਂ ਆਜ਼ਾਦ ਨੇ ਕੁਝ ਸ਼ਬਦ ਕਹੇ ਸੀਗੇ ਕੋ ਗਾਂਧੀ ਪਰਵਾਰ ਤੋਂ ਮੁਕਤੀ ਬਾਰੇ ਤਾਂ ਉਸ ਦੇ ਪ੍ਰੋਟੈਸਟ ਹੋਇਆ ਸੀ ਜਿਸ ਵਿੱਚ ਮਲਕੇ ਰਾਜਨ ਖੜਗੇ ਇੱਕ ਵੱਡਾ ਚਿਹਰਾ ਬਣ ਕੇ ਉੱਭਰੇ ਸਨ ਤੇ ਜਿਸ ਤੋਂ ਬਾਅਦ ਹੁਣ 22 ਸਾਲਾਂ ਬਾਅਦ ਇੱਕ ਮੁਕਤੀ ਦੀ ਗੱਲ ਕੀਤੀ ਗਈ ਜਨਨ ਕਿ ਜੇ ਗੱਲ ਕੀਤੀ ਜਾਵੇ ਕਾਂਗਰਸ ਚ ਡੈਮੋਕ੍ਰੇਸੀ ਦਿਖਾਉਣ ਦੇ ਮਾਮਲੇ ਵਿੱਚ ਤਾਂ ਕੀ ਹੋਇਆ ਉਹ ਸਿਰਫ ਇੱਕ ਸਿਆਸਤ ਖੜ ਗਈ ਕਿ ਜੀ 23 ਦੀ ਮੰਗ ਵੀ ਪੂਰੀ ਹੋਈ ਪਰੰਤੂ ਜੇ ਦੇਖਿਆ ਜਾਵੇ ਸੂਤਰਾਂ ਦੇ ਅਨੁਸਾਰ ਜੋ ਕਿ ਰਾਜਨੀਤੀ ਸੂਤਰ ਨੇ ਉਹਨਾਂ ਵਿੱਚ ਐਨਾ ਜ਼ਰੂਰ ਮੰਨਿਆ ਜਾ ਰਿਹਾ ਹੈ ਕਿ راہੁਲ ਗਾਂਧੀ ਤੋਂ ਕਾਂਗਰਸ ਨੂੰ ਮੁਕਤੀ ਮਿਲੀ ਪਰ ਜਿਸ ਨੇ ਕਿ ਪ੍ਰਧਾਨ ਸ਼ਬਦ ਤੋਂ ਗਾਂਧੀ ਪਰਿਵਾਰ ਤਾਂ ਨਹੀਂ ਬਣਿਆ ਪਰੰਤੂ ਚਾਹੇ ਉਹਨਾਂ ਦਾ ਹੱਥ ਠੋਕਾ ਹੀ ਬਣਿਆ ਮਲਿਕ ਰਾਜ ਖੜਗੇ ਪਰੰਤੂ ਉਹਤੇ ਗਾਂਧੀ ਪਰਿਵਾਰ ਤੋਂ ਇਲਾਵਾ ਕੋਈ ਨਾਮ ਕੌਮੀ ਕਾਂਗਰਸ ਪ੍ਰਧਾਨ ਲਈ ਆਇਆ ਤੇ ਹੁਣ ਦੇਖਦੇ ਹਾਂ ਕਿ ਜਿਹੜੀ ਇਹ ਛਿੜੀ ਜੰਗ ਹੈ ਸ਼ਸ਼ੀ थरूर ਦਾ ਰਾਗ ਕਿ ਹੋ ਜਾ ਹੁੰਦਾ ਹੈ ਇਹ ਵੀ ਸਵਾਲ ਹੈ ਕਿ ਸ਼ਸ਼ੀ थरूर ਕਾਂਗਰਸ ਚ ਹੀ ਰਹਿਣਗੇ ਜਾਂ ਫਿਰ ਚੁੱਪ ਰਹਿਣਗੇ ਗੁਲਾਮ ਨਵੀ ਆਜ਼ਾਦ ਮੰਗੂ ਜਾਂ ਫਿਰ ਵਿਰੋਧੀ ਧਿਰਾਂ ਵਿੱਚ ਚਲੇ ਜਾਣਗੇ ਜਿਨਨ ਕਿ ਸਿੱਧੇ ਤਰੀਕੇ ਨਾਲ ਕਿਹਾ ਜਾ ਸਕਦਾ ਭਾਜਪਾ ਵੱਲ ਮੁੱਖ ਕਰਨਗੇ ਕਿਉਂਕਿ ਇਹ ਕਿਹਿਆ ਸਰਾਸੀਆਂ ਵੀ ਲਗਾਈਆਂ ਜਾ ਰਹੀਆਂ ਸੀ ਕਿ ਸ਼ਸ਼ੀ थरूर ਕਾਂਗਰਸ ਛੱਡ ਕੇ ਭਾਜਪਾ ਚ ਜਾ ਸਾ ਦੇਣੇ ਪਰੰਤੂ ਜੇ ਕਰੀਬੀ ਹੰ ਦਾ ਮੰਨਿਆ ਜਾਵੇ ਥਰੂਰ ਦੇ ਤਾਂ ਉਹਨਾਂ ਦਾ ਕਹਿਣਾ ਕਿ ਉਹ ਕਾਂਗਰਸ ਰਹਿ ਕੇ ਹੀ ਸੰਘਰਸ਼ ਲੜਨਗੇ ਮਤਲਬ ਸਿੱਧਾ ਹੈ ਕਿ ਕਾਂਗਰਸ ਵਿੱਚ ਹਜੇ ਸਭ ਕੁਝ ਠੀਕ ਨਹੀਂ ਕਿਉਂਕਿ ਕਾਂਗਰਸ ਵਾਸਤੇ ਜਿਹੜੀ 2024 ਦੀ ਚੋਣ ਹੈ ਲੋਕ ਸਭਾ ਦੀ ਉਹ ਵੀ ਕਾਫੀ ਵੱਡੀ ਚੁਣੌਤੀ ਹੈ ਕਿਉਂਕਿ ਮੋਦੀ ਨੂੰ ਹਰਾਉਣਾ ਹੈ ਤਾਂ ਕਾਂਗਰਸ ਨੂੰ ਵੱਡਾ ਹੋ ਕੇ ਚਿਹਰਾ ਦੇਣਾ ਪਵੇਗਾ ਕਿਉਂਕਿ ਉਹਨਾਂ ਦੇ ਵਰੋਚ ਦੇਖਿਆ ਜਾਵੇ ਤਾਂ ਕੋਈ ਵੱਡਾ ਚਿਹਰਾ ਹੋਰ ਪਾਰਟੀਆਂ ਬਣਾ ਨਹੀਂ ਸਕੀਆਂ ਨਾ ਹੀ ਰਾਏ ਬਣਦੀ ਨਜ਼ਰ ਆ ਰਹੀ ਹੈ ਫਿਲਹਾਲ ਤੁਹਾਨੂੰ ਦੱਸ ਦੇਣੇ ਕਿ ਮਲਕ ਰਾਸ ਖੜਗੇ ਨੇ ਕੌਮੀ ਕਾਂਗਰਸ ਪ੍ਰਧਾਨ ਦੀ ਜਿਹੜੀ ਹੋਈ ਚੋਣ ਹੈ ਉਹ ਜਿੱਤ ਲਈ ਹੈ ਤੇ ਇਸੇ ਜਿੱਤ ਨਾਲ ਅਗਲੀ ਅਪਡੇਟ ਲੈ ਕੇ ਫੇਰ حاضر ਹੋਵਾਂਗੇ ਤੁਸੀਂ ਦੇਖਦੇ ਰਹੋ ਚੈਨਲ ਸ਼ਾਨ ਪੰਜਾਬੀ ਮਾਨ ਪੰਜਾਬ ਦਾ ਧੰਨਵਾਦ